ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਯੂਟਿਊਬ ਚੈਨਲ ਤੇ ਸਵਾਗਤ ਆ ਸਾਰਿਆਂ ਦਾ ਤੇ ਬਲੌਗ ਤੁਹਾਨੂੰ ਪਤਾ ਥੋੜੇ ਘੱਟ ਪਾਉਣੇ ਹਨਾ ਬਈ ਯਾਰ ਕੋਈ ਕੰਟੈਂਟ ਹੀ ਨਹੀਂ ਮਿਲਦਾ ਸਿੱਧੀ ਜੀ ਗੱਲ ਆ ਤੇ ਅੱਜ ਆਪਾਂ ਚੱਲਿਆਂਗੇ ਕੱਪੜੇ ਸਿਮਾਉਣ ਕਿਉਂਕਿ ਮਾਸੀ ਦੇ ਮੁੰਡੇ ਦਾ ਵਿਆਹ ਗਾ ਤੇ ਤਿਆਰੀਆਂ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਆ ਫੋਨ ਆ ਗਿਆ ਜਮਾ ਬੇੜੀ ਬਹਿ ਗਿਆ ਬਲੌਗ ਦਾ ਕੁੜਤਾ ਪਜਾਮਾ ਬਣਾਉਣਾ ਦੋ ਪੈਂਟਾਂ ਸਟਿਚ ਕਰਾਉਣੀਆਂ ਨੇ ਇੱਕ ਸ਼ਰਟ ਤੇ ਦਿਖਾਉਣੇ ਆ ਤੁਹਾਨੂੰ ਅੱਗੇ ਕੀ ਗੱਲਬਾਤ ਆ ਗਈ ਕਿਉਂਕਿ ਢਿੱਡ ਵੱਧ ਗਿਆ ਥੋੜਾ ਜਿਹਾ ਕੱਪੜੇ ਥੋੜੇ ਜਿਹੇ ਹੁਣ ਖੁੱਲੇ ਸਿਮਾਉਣੇ ਪੈਣਗੇ ਮੀਟ ਮੁਰਗੇ ਵਾਧੂ ਖਾਧੇ ਹੋਏ ਨੇ ਤੇ ਬਾਕੀ ਅੱਜ ਅਰਜਨ ਢਿੱਲੋਂ ਦੇ ਗਾਣੇ ਆਏ ਸੀ ਹਨਾ ਨਵੇਂ ਅਸੀਂ ਕੁਛ ਚਾਜਾ ਸੀ ਮੈਂ ਚੱਲ ਘਰੇ ਤਾਂ ਉਹ ਵਧੀਆ ਨਹੀਂ ਲੱਗਦੇ ਸੀ ਤੇ ਉਹਦੇ ਮਾਰਿਆਂ ਨੇ ਅਸੀਂ ਗੱਡੀ ਕੱਢ ਲਈ ਤੇ ਤੁਹਾਨੂੰ ਦਿਖਾਉਣੇ ਬਸ ਪਹੁੰਚਣ ਵਾਲੇ ਆਪਣੇ ਪਿੰਡ ਤੋਂ 5 ਕਿਲੋਮੀਟਰ ਹੀ ਆ ਦੁਕਾਨ ਉਹਦੀ ਫੱਤਾ ਪਿੰਡ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਵੀ ਕਾਰੀਗਰ ਹਨਾ ਵੱਡੇ ਸ਼ਹਿਰਾਂ 'ਚ ਹੀ ਨੇ ਤਾਂ ਛੋਟੇ ਪਿੰਡਾਂ 'ਚ ਵੀ ਕਾਰੀਗਰ ਬਹੁਤ ਘੈਂਟ ਬੈਠੇ ਨੇ ਤੇ ਬਾਕੀ ਬਣੇ ਰਹੋ ਬਲੌਗ ਦੇ ਨਾਲ ਹੁਣ ਪਾਇਆ ਕਰਾਂਗੇ ਯਾਰ ਆਈ ਲੋਕਲ ਜੇ ਪਾਇਆ ਕਰਾਂਗੇ ਡੇਲੀ ਵਾਲੇ ਹਨਾ ਬਿੱਲੇ ਫੱਤੇ ਨਾਲ ਬਿੱਲੇ ਦੀਆਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਇਹ ਨਾ ਬੋਲ ਬਲੌਗ 'ਚ ਭਰਾਵਾ ਇੱਥੇ ਕਲੇਸ਼ ਕਰਾ ਦੇਗਾ ਕਿਤੇ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਪਤੀਆ ਨਾਲ ਮੇਰੇ ਖੱਬੀ ਸੀਟ ਤੇ ਸੁਣਿਓ ਹਜ਼ੂਰ ਸਹਿਜ ਬੈਠਾ ਇਹ ਤਾਂ ਆਪਣੇ ਨਾਲ ਹੀ ਹੁੰਦਾ ਇਹ ਵੀ ਬਸ ਵਿਛੋੜਾ ਦੇਣ ਵਾਲੀ ਹੈ ਇਹਨੇ ਮਹੀਨੇ ਦੋ ਮਹੀਨੇ ਨੂੰ ਨਿਊਜ਼ੀਲੈਂਡ ਦੀ ਧਰਤੀ ਤੇ ਚਲਿਆ ਜਾਣਾ ਫਿਰ ਅਸੀਂ ਇਕੱਲੇ ਰਹਿ ਜਾਣਾ ਫਿਰ ਅਸੀਂ ਕੋਈ ਨਵਾਂ ਯਾਰ ਭਾਲਾਂਗੇ ਕਿਉਂਕਿ ਯਾਰ ਬਦਲਨੇ ਪੈਂਦੇ ਨੇ ਟਾਈਮ ਟਾਈਮ ਨਾਲ ਕਿਉਂਕਿ ਇਹਨੇ ਵੀ ਬਾਹਰ ਜਾ ਕੇ ਬਦਲ ਹੀ ਜਾਣਾ ਸੁਣੇ ਉਹ ਜੂ ਲਓ ਵੀ ਆਪਾਂ ਪਹੁੰਚ ਗਏ ਆਪਣੇ ਭਰਾ ਕੋਲੇ ਹੋਰ ਜੀ ਬੱਬੂ ਸਾਹਿਬ ਹੋਰ ਦੀਪ ਪੂਰਾ ਤਕੜਾ ਟੇਲਰ ਆ ਬਈ ਇਕੱਲੇ ਕਾਰੀਗਰ ਆਏ ਨਹੀਂ ਹੈਗਾ ਗਾ ਆਪਣੇ ਸ਼ਹਿਰਾਂ 'ਚ ਹੀ ਬੈਠੇ ਨੇ ਪੂਰਾ ਤਕੜਾ ਆਪਾਂ ਹਰੇਕ ਕੱਪੜਾ ਇੱਥੋਂ ਸਟਿਚ ਕਰਾਉਣੇ ਆ ਅਤੇ ਹੁਣ ਵੀ ਕਰਾਉਣੇ ਆ ਮੇਚ ਮੂਚ ਲੈਂਦੇ ਹਾਂ ਤੁਹਾਨੂੰ ਦਿਖਾਉਣੇ ਆ ਢਿੱਡ ਦੇ ਕਿੱਥੇ ਜੇ ਗੱਲ ਮੁੱਕਦੀ ਹੈ ਜਾ ਕੇ ਕਿਉਂਕਿ ਲਾਹਣਾ ਪੀਤੇ ਨੇ ਮੀਟ ਖਾਧੇ ਨੇ ਇਹ ਤਾਂ ਹੁਣ ਫਿਰ ਨਿਕਲਣੀ ਨੇ ਕੱਪੜੇ ਕੋਈ ਫੁੱਦੂ ਪੜਾਕੇ ਨਹੀਂ ਹੈਗੇ ਹੈ ਨਾ ਰਾਇਮੰਡ ਦੇ ਰੀਜਨਲ ਨੇ ਜਮਾਂ ਚੰਡੀਗੜ੍ਹ ਤੋਂ ਲਿਆਉਂਦੇ ਸੀ ਗੱਪ ਗੁੱਪ ਨਹੀਂ ਮਾਰਦੇ ਆਪਾਂ ਜਿੰਨੀ ਕੁ ਗੱਲ ਹੁੰਦੀ ਆ ਉੰਨੀ ਕੀ ਕਰਦੇ ਹਾਂ ਘੈਂਟਾ ਕੁੜਤਾ ਪਜਾਮਾ ਪਿੰਡੂ ਲੈਤਾ ਹੋਇਆ ਜਿਹੜੀ ਸੱਚੀ ਗੱਲ ਉਹ ਸੱਚੀ ਦੱਸਾਂਗੇ ਅਤੇ ਆਹ ਪੁਰਾਣਾ ਕੁੜਤਾ ਪਜਾਮਾ ਇਹਦੇ ਮੇਚ ਦਾ ਸਿਮਾਉਣਾ ਜਮਾਂ ਤੇ ਇਹਨਾਂ ਦੀ ਤਾਂ ਬਸ ਗੱਲ ਹੀ ਬਣਾ ਜਿਹਦਾ ਜਿੱਦੇ ਪਾਏ ਉਦੀ ਪਤਾ ਲੱਗੂ ਵਾਲੇ ਘੈਂਟ ਕੱਪੜੇ ਨੇ ਮੈਨੂੰ ਆਪ ਨੂੰ ਲੱਗੀ ਜਾਂਦੇ ਨੇ ਸੋਨੂੰ ਚਹਿਨ ਦਰਜੀਆ ਦੇ ਮੇਰਾ ਕੁੜਤਾ ਸਿਉਂਦੇ ਸੂਹਾ ਆਈਆਂ ਬਈ ਆਪਾਂ ਤਾਂ ਰੌਣਕ ਮੇਲੀ ਲਾਉਣਾ ਯਾਰ ਬਾਹਲੇ ਬਲੌਗ ਜੇ ਬਣਾਉਣੇ ਤਾਂ ਆਉਂਦੇ ਨਹੀਂ ਭੇਤ ਤਾਂ ਹੈ ਨਹੀਂ ਗੇ ਬਸ ਦੱਬੀ ਜਾਂਦੇ ਆ ਕੰਮ ਹੁਣ ਆਪਾਂ ਉਹ ਦਿੰਦੇ ਹਾਂ ਮੇਚਾ ਢਿੱਡ ਤੁਹਾਨੂੰ ਦਿਖਾਵਾਂਗੇ ਮੇਚੇ ਵੇਲੀ ਕਿਉਂਕਿ ਬਹੁਤ ਫਿੱਟ ਹੋ ਰਿਹਾ ਇੱਕ ਪੈਕ ਪੈਣ ਲੱਗ ਗਿਆ ਇੱਕ ਪਹਿਲਾਂ ਬਿਆਨ ਗਲਤ ਦਿੱਤਾ ਗਿਆ ਸੀ ਉਹ ਬਿਆਨ ਲਈ ਸੀ ਮਾਫ਼ੀ ਚਾਹੁੰਦੇ ਵੀ ਚੰਡੀਗੜ੍ਹ ਤੋਂ ਲਿਆਂਦਾ ਇਹ ਲਿਆਂਦਾ ਚੰਡੀਗੜ੍ਹ ਤੋਂ ਆ ਪਰ ਦਿੱਤਾ ਮੇਰੀ ਮਾਸੀ ਨੇ ਆ ਸਾਰੇ ਕੱਪੜੇ ਮੇਰੀ ਮਾਸੀ ਨੇ ਦਿੱਤੇ ਨੇ ਇਕੱਲੇ ਕੁੜਤੇ ਪਜਾਮੇ ਨੂੰ ਛੱਡ ਕੇ ਕਿਉਂਕਿ ਸੱਚ ਬੋਲਣਾ ਚਾਹੀਦਾ ਕਿਉਂਕਿ ਜਦੋਂ ਮਾਸੀ ਦੇ ਮੁੰਡੇ ਦੇ ਵਿਆਹ ਗਏ ਸੀ ਉਦੋਂ ਦਿੰਦੇ ਹੁੰਦੇ ਨੇ ਕੱਪੜੇ ਆਪਣੇ ਤਾਂ ਇੱਕ ਗੱਲ ਹੋਰ ਆ ਬਈ ਇਹ ਕੱਪੜੇ ਵਧੀਆ ਦਿੰਦੇ ਨੇ ਸ਼ਹਿਰਾਂ ਵਾਲੇ ਇਹ ਜਿਹੜੇ ਆਪਣੇ ਰਿਸ਼ਤੇਦਾਰ ਜੇ ਹੁੰਦੇ ਨੇ ਦੇ ਗਿਆ ਨਹੀਂ ਪਤਾ 100 ਵਾਲੀ ਦੇ ਦੇ ਪੱਡ ਵੀ ਚੀਜ਼ ਦੇਣੀ ਹੁੰਦੀ ਚੱਜ ਦੀ ਤਾਂ ਦੇ ਦਿਆ ਕਰ ਹੁਣ ਦੁਬਾਰੇ ਦੂਜੀ ਮਾਸੀ ਤੇ ਉਹੀ ਮਾਸੀ ਦੇ ਮੁੰਡੇ ਦਾ ਉਹਦੇ ਭਾਈ ਦਾ ਵਿਆਹ ਹੁਣ ਦੇਰ ਜਾ ਰਹੇ ਆ ਆਪਾਂ ਆਸ ਹੁਣ ਵੱਡੀ ਹੈ ਥੋੜੀ ਜੀ ਨਾ ਮਾਸੀ ਦਾ ਪਤਾ ਕਿਹੜੀ ਥੋੜੀ ਆਪਾਂ ਤਾਂ ਜਦੋਂ ਮਾਸੀ ਕੋਲੇ ਜਾਂਦੇ ਆ ਆਪਾਂ ਨੂੰ ਵਿਆਹ ਕੋਈ ਪ੍ਰਜਾਜਾਰੀ ਗਿਫਟ ਕਰੀ ਦਿੰਦੀ ਆ ਹੁਣ ਤਾਂ ਉਹ ਆ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗੁਲਾਬੀ ਫੁੱਲ ਕਿਸੇ ਤੋਂ ਮੰਗ ਲਿਆਵਾਂਗੇ ਜੀ ਚਾਹ ਬਹੁਤਾ ਸਾਨੂੰ ਵਿਆਹ ਦਾ ਹੁਣ ਕੀ ਦੱਸੀਏ ਕੀ ਦੱਸੀਏ ਤਾਂ ਕਰਕੇ ਤੁਹਾਨੂੰ ਦੱਸ ਰਹੇ ਹੁਣ ਮਾਸੀ ਨੂੰ ਬੇਨਤੀ ਆ ਵੀ ਥੋੜੇ ਜਿਹੇ ਇਦੂ ਵੀ ਮਾਸੀ ਜੀ ਮਹਿੰਗੇ ਗਿਫਟ ਕਰੋ ਕਿਉਂਕਿ ਅਸੀਂ ਤਾਂ ਫਿਰ ਨਹੀਂ ਇੱਥੋਂ ਲੈਣੇ ਆ ਜੱਟ ਕ੍ਰੈਸਟਨ ਤੋਂ ਇਹ ਆ ਕਮਾਈ ਸਾਡੀ ਜ਼ਿੰਦਗੀ ਦੀ ਇੱਥੇ ਖੜੀ ਆ ਸਾਰੀ ਇਹ ਤੇ ਅਸੀਂ ਸਾਨੂੰ ਢਿੱਡ ਘੁੱਟ ਕੇ ਰੱਖਣਾ ਪੈਂਦਾ ਨਾ ਜਦੋਂ ਵੀ ਕਿਤੇ ਅਸੀਂ ਫੰਕਸ਼ਨ ਤੇ ਜਾਣਾ ਹੁੰਦਾ ਇਹ ਸਾਡਾ ਅਸੂਲ ਹੀ ਆ ਵੀ ਬਸ ਢਿੱਡ ਇੱਥੇ ਰੱਖਣਾ ਪੈਂਦਾ ਜੇ ਟੀ ਸ਼ਰਟ ਭੀੜੀ ਹੋਵੇ ਫਿਰ ਅਸੀਂ ਐਂ ਕੋਈ ਮਾੜੀ ਟੀ ਸ਼ਰਟ ਲਫਾ ਲੈਂਦੇ ਤਾਂ ਕਰਕੇ ਸਾਡਾ ਸਹੀ ਜਿਹਾ ਬਣ ਜਾਂਦਾ ਕੰਮ ਤੇ ਬਾਕੀ ਤਾਂ ਆਪਣਾ ਤਾਂ ਇਹ ਵੀ ਫਾਇਦਾ ਜੇ ਨਾ ਵਧੀਆ ਸਿਉਂਤੇ ਗਏ ਦਰਜੀ ਨੂੰ ਇਹਨੂੰ ਭਰਾ ਨੂੰ ਲੰਬ ਆਪਣੇ ਨੂੰ ਕਿਉਂਕਿ ਹੱਥ ਨੇ ਇਕੱਠੀ ਬਹਿਣੇ ਸੀ ਇਹ ਰਾਜ ਦੀਆਂ ਗੱਲਾਂ ਨੇ ਜਿਹੜੇ ਅਸੀਂ ਬਲੌਗ ਤੇ ਦੱਸ ਰਹੇ ਹਾਂ ਸਾਡਾ ਆਕਾਸ਼ਦੀਪ ਸਿੰਘ ਨੇ ਅੱਜ ਖਾਧਿਆ ਸੇਬ ਪੱਟ ਦੇਖੋ ਇਸ ਦੀ ਇਧਰ ਮੈਨੂੰ ਲੱਗਦਾ ਨਾਪ ਤੋਲ ਹੋ ਗਿਆ ਮੁੰਡਾ ਕਹਿੰਦੇ ਵੇਟ ਗੇਨ ਕਰ ਗਿਆ ਗੇਨ ਕਰ ਗਿਆ ਗੇਨ ਬਹੁਤ ਭੈਣ ਅੰਗਰੇਜ਼ੀ ਚ ਹੱਥ ਪੰਗ ਬਹੁਤ ਹੈ ਹੱਥ ਹੀ ਹੈ ਨਹੀਂ
ਅੰਗਰੇਜ਼ੀ ਦੇ ਹੱਥ ਹੀ ਹੈ ਨੀ ਨਾਪਾ ਨੂਪਾ ਸਾਰਾ ਦੇਤਾ ਆਪਾਂ ਨੂੰ ਤਾਂ ਭੇਤ ਜਾਣੀ ਆਇਆ ਹਨਾ ਕੱਪ ਕੁਫਾਈਆਂ ਕਿਵੇਂ ਜੇ ਰੱਖਦੇ ਹੁੰਦੇ ਨੇ ਆਪੀ ਘੋੜ ਕੰਡੇ ਜੇ ਮਾਰ ਲਏ ਦੀ ਪਲੇ ਹੁਣ ਜਿਹੜੀ ਚਾਹ ਬਣ ਰਹੀ ਆ ਆਪਦੇ ਜਾਣੇ ਪੂਰੀ ਘਰੋਂ ਡਾਇਟ ਬਣਾ ਕੇ ਚੱਲੇ ਸੀ ਪਰ ਇਹ ਡਾਇਟਾਂ ਸਾਡੀਆਂ ਆਹੀ ਰੁਲਦੀਆਂ ਨੇ ਰੋਜ਼ ਹੀ ਰੁਲਦੀਆਂ ਨੇ ਤੇ ਰੁਲਦੀ ਹੀ ਰਹਿਣਗੀਆਂ ਕਿਉਂਕਿ ਲਾਲੋ ਸਾਹਿਬ ਪੱਤੀ ਵੀ ਤੇਜ ਮਿੱਠਾ ਵੀ ਤੇਜ ਫੇਰ ਹੀ ਚੱਲੂ ਮਾੜਾ ਮੋਟਾ ਜਿਹੜਾ ਖਾਧਾ ਉਹ ਤਾਂ ਊਂ ਹਵਾ ਚ ਆ ਕੇ ਕਹਿ ਰਹੇ ਨੇ ਖਾਂਦੇ ਖੁੰਦੇ ਸੀ ਕੁਛ ਨਹੀਂ ਤਾਂ ਵੀ ਊਂ ਹੀ ਨਹੀਂ ਪ੍ਰੈਸ਼ਰ ਜਾ ਵੀ ਅਸੀਂ ਤਾਂ ਮਾਲ ਖਾਂਦੇ ਹਾਂ ਅਤੇ ਇਲੈਕਟ੍ਰੋਨਿਕ ਜੱਗ ਆ ਵੀ ਬਹੁਤ ਘੈਂਟ ਜੱਗ ਆ ਤੁਸੀਂ ਵੀ ਘਰੇ ਲਿਆਓ ਜੇ ਚਾਹ ਚੂਹ ਜੀ ਐਂ ਬਣ ਜਾਂਦੀ ਹੈ ਨਹੀਂ ਕਿੱਧਰ ਇੱਥੇ ਗੈਸ ਭਰਾਲੀ ਆਏ ਭਰਾਲੀ ਆ ਦੇਖ ਵਧੀਆ ਆਹ ਲਾਤਾ ਪਲੱਗ ਬਸ ਆਇਆ ਬਚ ਕੇ ਰਹੋ ਪੀਤੀ ਖਾਧੀ 'ਚ ਬੰਦਾ ਇਹਨੂੰ ਚਿੰਬੜ ਵੀ ਜਾਂਦਾ ਚਾਹ ਤਿਆਰ ਆ ਇੱਧਰ ਸਾਡਾ ਕਾਸ਼ਦੀਪ ਸਹਿਜਦੀਪ ਕਹਿੰਦਾ ਮੈਂ ਸਮੋਸੇ ਖਾਣੇ ਨੇ ਅਤੇ ਇੱਧਰ ਦੁੱਧ ਓਕੇ ਆ ਬਸ ਗੱਲਬਾਤ ਉਹ ਵੀ ਸਾਰਾ ਕੁਛ ਓਕੇ ਆ ਓਕੇ ਦੀ ਡਣ ਚਾਹ ਚੂਹ ਪੀ ਲਈ ਅਤੇ ਹੁਣ ਆਪਾਂ ਚੱਲੇ ਹਾਂ ਦੀਪ ਗੱਲ ਬਣਾ ਦੀ ਬਾਈ ਬਣ ਕੇ ਲਾਂਭਣ ਆ ਜੇ ਹਨਾ ਕਿਤੇ ਵਿਆਹ 'ਚ ਬੇਇੱਜ਼ਤੀ ਹੋ ਜੇ ਅਤੇ ਟਾਈਮ ਆਪਾਂ ਮਹੀਨਾ ਪਹਿਲਾਂ ਬਣਾ ਕੇ ਮੰਨ ਲਓ ਕਿਉਂਕਿ ਹੁਣ ਦੀਵਾਲੀ ਕਰਕੇ ਡੇਟਾਂ ਨਹੀਂ ਹੈਗੀਆਂ ਉਹ ਦੀਵਾਲੀ 'ਚ ਤੁਹਾਨੂੰ ਪਤਾ ਰੋਟੀ ਖਵਾਉਂਦੇ ਹੁੰਦੇ ਨੇ ਹਨਾ ਰੋਟੀ ਰਾਟੀ ਦਾ ਹੁੰਦਾ ਸਿਸਟਮ ਤਦ ਤਾਂ ਘਰੇ ਉਨੀ ਟਾਈਮ ਨਾਲ ਰੋਟੀ ਦਿੰਦੇ ਉੱਤੇ ਤਾਂ ਕਿਹੜੀ ਖਵਾਉਣੀ ਆ ਤੁਹਾਨੂੰ ਨਾਨ ਅਤੇ ਬਸ ਮੈਂ ਆਊਂਗਾ ਹੁਣ ਤੇਰੇ ਕੋਲ 17 ਨਵੰਬਰ ਨੂੰ ਫੜਨ ਬਸ ਠੀਕ ਆ ਓਕੇ ਬਾਏ ਬਾਏ ਲਵ ਯੂ ਆਹ ਕੁੜਤਾ ਪਜਾਮਾ ਲੈ ਜਾ ਜਿਹਦਾ ਨਾਪਾ ਲਿੱਤਾ ਸੀ ਮੈਂ ਅਸੀਂ ਬਾਬੇ ਬੈਠੇ ਢਾਬੇ ਤੇ ਅਸੀਂ ਖਾਣਾ ਖਾਣਾ ਸੀ ਭੁੱਖ ਲੱਗੀ ਸੀ ਤੇ ਸਾਡੇ ਕੋਲੇ ਗੂਗਲ ਪੇ ਚੱਲਦਾ ਢਾਬੇ ਤੇ ਗੂਗਲ ਪੇ ਨਹੀਂ ਚੱਲਦਾ ਕਿਉਂਕਿ ਅਸੀਂ ਹਾਈ ਫਾਈ ਮੁੰਡੇ ਹਾਂ ਥੋੜੇ ਜਿਹੇ ਹਨਾ ਗੂਗਲ ਪੇ ਹੀ ਰੱਖਦੇ ਹਾਂ ਕਿਉਂਕਿ ਕੈਸ਼ ਸਾਡੇ ਕੋਲੇ ਹੁੰਦੇ ਨਹੀਂ ਗੂਗਲ ਪੇ ਵੀ 100-200 ਹੀ ਹੁੰਦਾ ਸਾਡੇ ਕੋਲ ਤਾਂ ਇੰਜੋਏ ਕਰ ਲਈਦਾ ਇਹ ਬਾਹਲੀ ਵੱਡੀ ਗੱਲਬਾਤ ਨਹੀਂ ਹੁੰਦੀ ਕਈਆਂ ਨੂੰ ਐਂ ਹੁੰਦਾ ਨਾ ਪਤਾ ਨਹੀਂ ਗੱਡੀ ਚੱਕੀ ਫਿਰਦੇ ਨੇ ਐਂ ਫਿਰਦੇ ਨੇ ਬਾਈ ਸਾਰੇ ਸੋਡੇ ਵਰਗ ਹੀ ਆ ਇਕੱਲੀਆਂ ਫੋਕੀਆਂ ਫੀਲਿੰਗ ਹੀ ਹੁੰਦੀਆਂ ਨੇ ਪੈਸਾ ਪੂਸਾ ਤਾਂ ਅੱਜ ਦੇ ਟਾਈਮ 'ਚ ਕਿਸੇ ਕੋਲ ਹੀ ਨਹੀਂ ਹੈਗਾ ਕਈ ਵਾਰੀ ਰੀਸ ਕਰਨ ਲੱਗ ਜਾਂਦੇ ਨੇ ਨਾ ਵੀ ਯਾਰ ਉਹ ਨਜ਼ਾਰੇ ਲੈਂਦੇ ਨੇ ਘਰੇ ਲੜਨ ਲੱਗ ਜਾਂਦੇ ਨੇ ਅਸੀਂ ਵੀ ਗੱਡੀ ਲੈਣੀ ਹੈ ਜਾਏ ਗੱਡੀਆਂ ਤਾਂ ਚੰਗੇ ਟਾਈਮ 'ਚ ਆ ਗਈਆਂ ਹੁਣ ਤਾਂ ਮੈਨੂੰ ਲੱਗਦਾ ਸਾਈਕਲ ਵੀ ਨਹੀਂ ਲਿੱਤਾ ਜਾਣਾ ਤਾਂ ਕਹਿਣਾ ਬਾਕੀ ਸਹਿਜ ਕੁਛ ਕਹਿਣਾ ਹੋਵੇ ਤੁਸੀਂ ਬਸ ਬਈ ਹੁਣ ਤਾਂ ਸਾਈਕਲ ਵੀ ਟਪਾ ਦੇ ਘਰਦਿਆਂ ਨੂੰ ਚੋਰੀ ਤੇ ਬਾਕੀ ਰਾਜ ਦੀ ਗੱਲਾਂ ਇਹ ਕੀ ਦੱਸੀਏ ਕਦੇ ਦੱਸਾਂਗੇ ਕਦੇ ਬਹਿ ਕੇ ਦੱਸਾਂਗੇ ਕਿਹੜਾ ਗਾਣਾ ਉਹਦਾ ਨੀ ਜੂਨ ਹੈ ਬੱਕਰਾਂ ਕੀ ਜੂਨ ਹੈ ਬੱਕਰਾਂ ਦੀ ਕਦੇ ਮਿਲ ਕੇ ਬੈਠਾਂਗੇ ਕਦੇ ਬਹਿ ਕੇ ਦੱਸਾਂਗੇ ਕੀ ਜੂਨ ਹੈ ਬੱਕਰਾਂ ਦੀ ਤੇ ਬਾਕੀ ਢਾਬੇ ਵਾਲਿਆਂ ਨੂੰ ਜੂਨ ਤੁਸੀਂ ਦੇਖੀ ਜਾਂਦੇ ਹੋ ਬਈ ਜੇਬ 'ਚ ਰੁਪਈਆ ਹੈ ਨਹੀਂ ਤੇ ਬੰਦੇ ਸੱਦੇ ਆ ਪਿੰਡੋਂ ਉਹ ਆ ਗਏ ਕੈਸ਼ ਹੈ ਪੜਾਕੇ ਜਾ ਰਹੀਆਂ ਚੰਗੇ ਥਾਂ ਵੀ ਲਾਂ ਜਾਣੇ ਵਧੀਆ ਇੱਧਰ ਉਹ ਵੀ ਆ ਗਿਆ ਜਿਹਨੂੰ ਦੁਨੀਆ ਕਹਿੰਦੀ ਸੰਦੀਪ ਲੁੱਦਰ ਦਾ ਭੁਲੇਖਾ ਪੈਂਦਾ ਜੋਬਰ ਬਹਿ ਬਲੌਗ ਬਣ ਰਿਹਾ ਮੁੰਡੇ ਫਿੱਟੋ ਜੋ ਮੁੱਛਾਂ ਨੂੰ ਵੱਟਦੇ ਲਾ ਹੈ ਸਰਸੇ ਕਿਵੇਂ ਜਾਂਦੇ ਉਹ ਪਤਾ ਬਸ ਮੈਂ ਨਹੀਂ ਜਾਂਦਾ ਇਹੋ ਜਿਹੇ ਕੰਮ ਅਸੀਂ ਛੱਡ ਰੱਖੇ ਨੇ ਵੀਰ ਜੀ ਕਿੱਥੇ ਦੀਪ ਦੀਪ ਤਾਂ ਦੁਕਾਨ ਤੇ ਆ ਬਾਕੀ ਢਾਬੇ ਵਾਲਿਆਂ ਨੂੰ ਬੇਨਤੀ ਆ ਵੀ ਗੂਗਲ ਪੇ ਰੱਖਿਆ ਕਰੋ ਚੱਲਦੇ ਨੀ ਇਹਦੇ ਚੱਲਦਾ ਨੀ ਇੱਥੇ ਆਪਾਂ ਬਈ ਕੰਮ ਧੰਦਾ ਨਿਬੇੜ ਕੇ ਸਾਰਾ ਆ ਗਏ ਪਿੰਡ ਤੇ ਘਰੇ ਜਾਈ ਜਾਂਦੇ ਆ ਤੇ ਚੈਨਲ ਸਾਰੇ ਭਰਾ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਤੇ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਜਿਹੜੇ ਫੇਸਬੁੱਕ ਤੇ ਨੇ ਉਹ ਫੇਸਬੁੱਕ ਤੇ ਵੀ ਆਪਾਂ ਨੂੰ ਫੋਲੋ ਕਰ ਲਓ ਸਾਰੇ ਭਰਾ ਹਨਾ ਆਪਣਾ ਪੇਜ ਬਿੱਲੇ ਦੇ ਨਾਂ ਤੋਂ ਆ ਬਾਕੀ ਡਿਸਕ੍ਰਿਪਸ਼ਨ 'ਚ ਆਪਾਂ ਲਿੰਕ ਵੀ ਪਾਵਾਂਗੇ ਪੇਜ ਦਾ ਪਿਆਰ ਕਰਦੇ ਰਹੋ ਬਲੌਗ ਬਲੂਗ ਦੇਖਿਆ ਕਰੋ ਘੈਂਟ ਗੱਲਾਂ ਆਪਣੀਆਂ ਲੋਕਲ ਦੇਸੀ ਗੱਲਾਂ ਹੀ ਸੁਣਾਉਣੇ ਆਪਾਂ ਵਾਲੀ ਤੁਹਾਨੂੰ ਪਤਾ ਹੀ ਆ ਨਾ ਜਿਹੜੀ ਮਨ 'ਚ ਆ ਜੇ ਉਹ ਕੱਢ ਦੇਈਦੀ ਆ ਜਿਹੋ ਜਿਹੇ ਆਪਾਂ ਜ਼ਿੰਦਗੀ ਊਂ ਜਿਉਂਦੇ ਆ ਜਿਹੋ ਜਿਹੀ ਜ਼ਿੰਦਗੀ ਹਨਾ ਆਪਾਂ ਉਹੀ ਜ਼ਿੰਦਗੀ ਦਿਖਾਉਣੇ ਆਗੇ ਲੋਕਾਂ ਵਾਂਗੂ ਉਹ ਕੰਮ ਨਹੀਂ ਊਂ ਭਕਾਈ ਮਾਰਦੇ ਵੀ ਆਪਾਂ ਆਏ ਹਾਂ ਕਿਉਂ ਜੇਬ 'ਚ ਕਿਸੇ ਕੋਲ ਰੁਪਈਆ ਹੁੰਦਾ ਨਹੀਂ ਗੱਲਾਂ ਵੱਡੀਆਂ ਉਹ ਗੱਲਾਂ ਦਾ ਕੋਈ ਦਮ ਨਹੀਂ ਬਸ ਘੈਂਟ ਗੱਲਬਾਤ ਆ ਤੇ ਹੋਰ ਵੀ ਘੈਂਟ ਚੀਜ਼ਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਲੱਭ ਜੂ ਆ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਆਹੀ ਲੰਘ ਜੂ ਜ਼ਿੰਦਗੀ ਧੱਕੇ ਧੁੱਕੇ ਖਾ ਕੇ ਨਜ਼ਾਰੇ ਲਿਆ ਕਰੋ ਤੇ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਬਾਏ ਬਾਏ।